ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੇਸ਼ ਵਿਦੇਸ਼ ਵਾਲੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਨੌਜਵਾਨ ਗੁਰਸਿੱਖ ਜਦੋਂ ਕੋਈ ਸ਼ਹੀਦ ਹੁੰਦਾ ਹੈ ਜਾਂ ਉਹਦੇ 'ਤੇ ਅੱਤਿਆਚਾਰ ਹੁੰਦਾ ਹੈ, ਉਹਦੇ ਬਾਰੇ ਆਪਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਮੈਂ ਟੈਲੀਵਿਜ਼ਨ ਦੀ ਖਬਰ ਸੁਣ ਕੇ ਇੱਕ ਨੌਜਵਾਨ ਹਰਮੀਤ ਸਿੰਘ PhD ਜਿਹੜਾ ਕਿ ਲਾਹੌਰ ਵਿੱਚ ਗੋਲੀ ਮਾਰ ਕੇ ਉਹਨਾਂ ਨੂੰ ਕਿਸੇ ਨੇ ਮਾਰਤਾ, ਉਹ ਕੀ ਕਰਦਾ, ਕਿੱਥੇ ਰਹਿੰਦਾ, ਉਹਦਾ ਮੈਨੂੰ ਤਾਂ ਕੋਈ ਪਤਾ ਨਹੀਂ। ਪਰ ਟੈਲੀਵਿਜ਼ਨ 'ਤੇ ਖਬਰ ਸੁਣ ਕੇ ਉਹਦੇ ਬਾਪ ਦੀ ਜਦੋਂ ਮੈਂ ਖਬਰ ਸੁਣੀ, ਉਹਨੇ ਬੇਨਤੀ ਕੀਤੀ ਕਿ ਮੇਰਾ ਪੁੱਤਰ ਦੀ ਡੈੱਡ ਬਾਡੀ ਇੱਥੇ ਲਿਆਂਦੀ ਜਾਵੇ। ਮੇਰਾ ਦਿਨ ਭਰ ਮਨ ਭਰਿਆ ਆ ਕਿ ਇੱਕ ਬਜ਼ੁਰਗ ਆਪਦੇ ਪੁੱਤਰ ਦੀ ਡੈੱਡ ਬਾਡੀ ਲਿਆਉਣ ਲਈ ਪੁਕਾਰ ਕਰ ਰਿਹਾ। ਉਹਦੇ ਵਾਸਤੇ ਕਿਸੇ ਨੇ ਹਾਂ ਦਾ ਨਾਰਾ ਕੋਈ ਬੰਦਾ ਪੰਜਾਬ 'ਚੋਂ ਬੋਲਿਆ ਨਹੀਂ, ਨਾ ਸਰਕਾਰ ਨੇ ਗੁੱਤਾ ਪਾਚਿਆ। ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ, ਇਹ ਜ਼ੁਲਮ ਹੈ ਕਿ ਜਦੋਂ ਬੰਦਾ ਖਤਮ ਹੋ ਜਾਂਦਾ, ਡੈੱਡ ਬਾਡੀ ਜਿਹੜੀ ਹੈ ਉਹ ਕਿਸੇ ਜਾਤ ਨਾਲ ਨਹੀਂ ਜੁੜੀ ਹੁੰਦੀ, ਉਹ ਕੋਈ ਅੱਤਵਾਦੀ ਨਹੀਂ, ਕੋਈ ਸੱਤਵਾਦੀ ਨਹੀਂ, ਉਹ ਤਾਂ ਇੱਕ ਮਿੱਟੀ ਦੇ ਰੂਪ ਵਿੱਚ ਹੁੰਦੀ ਹੈ। ਉਹਦੇ ਜਿਹੜੇ ਮਾਂ ਬਾਪ ਸੀ ਉਹਨਾਂ ਦੀ ਇਹ ਜਿਹੜੀ ਮੰਗ ਹੈ ਪੂਰੀ ਕਰਨੀ ਚਾਹੀਦੀ ਸੀ। ਇਹਦੇ ਨਾਲ ਸਾਡੇ ਜਿਹੜੇ ਪਹਿਲਾਂ ਫੱਟ ਕੀਤੇ ਆ ਗੌਰਮੈਂਟ ਨੇ, ਉਹਨਾਂ ਦੇ ਉੱਤੇ ਮਿਰਚਾਂ ਛਿੜਕੀਆਂ, ਉਹਨਾਂ ਦਾ ਸਾਨੂੰ ਬਹੁਤ ਦੁੱਖ ਹੋਇਆ ਕਿ ਘੱਟ ਤੋਂ ਘੱਟ ਡੈੱਡ ਬਾਡੀ ਜਿਹੜੀ ਹੈ ਉਹ ਸਾਡੀ ਸਰਕਾਰ ਨੂੰ ਇੱਥੇ ਲਿਆਉਣੀ ਚਾਹੀਦੀ ਸੀ। ਔਰ ਉਹ ਜਿਹੜਾ ਮਾਂ ਬਾਪ ਹੈ ਹੁਣ ਸਾਰੀ ਜ਼ਿੰਦਗੀ ਤੜਫਦਾ ਰਹੂਗਾ ਕਿ ਪਤਾ ਨਹੀਂ ਮੇਰਾ ਪੁੱਤਰ ਉੱਥੇ ਮਾਰਿਆ ਗਿਆ ਜਾਂ ਨਹੀਂ ਮਾਰਿਆ ਗਿਆ। ਇਹ ਬਹੁਤ ਘਿਨਾਉਣੀ ਹਰਕਤ ਸਰਕਾਰ ਨੇ ਕੀਤੀ ਹੈ, ਇਹ ਅਣਮਨੁੱਖੀ ਤਸ਼ੱਦਦ ਦੇ ਨਾਲ ਇਹ ਗੈਰ ਵਿਧਾਨਕ ਗੈਰ ਸਿਧਾਂਤਕ ਗੱਲਾਂ ਕੀਤੀਆਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ। ਅਤੇ ਸਾਡੀ ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਇਹੋ ਜਿਹੇ ਨੌਜਵਾਨਾਂ ਦੇ ਪਿੱਛੇ ਆਪਾਂ ਕੋਈ ਨਾ ਕੋਈ ਇਹੋ ਜਿਹੇ ਨੁਕਤੇ 'ਤੇ ਇਕੱਠੇ ਹੋ ਕੇ ਕੋਈ ਆਵਾਜ਼ ਉਠਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।